ਆਸੇ ਪਾਸੇ ਪਈ ਮੌਤ ਸੁਣੀਂਦੀ ਲਾਈ ਖੱਲੀਏ ਢਾਂਗਾ ਪਾਏ ਹੱਸਦਿਆਂ ਵੱਸਦਿਆਂ ਚਾਵੀ ਨਖੇੜੇ ਪ੍ਰਭ ਡਾਢਾ ਬੇਪਰਵਾਹੇ ਚਰਾਗ ਮਲਾਈ ਗੁਲਮੋ ਮਨ ਤੇ ਕਰ ਪਨ ਤਨ ਪਾਕੂ ਨਿਗਾਹੇ ਕਹਿਰ ਕਮਾ ਹੁਣ ਕਰਨ ਸਲਾਈ ਤੇਰੀਆਂ ਓ ਮੈਨਾ ਪਿਓ ਤੇ ਮਾਂ ਬਲਿਆ ਖੇ ਲਗ ਨਕੀਬ ਦੇ ਹਾਏ ਓਏ ਤੂੰ ਨਸੀ ਜਾ ਬਰਕ ਬਰਸਾ ਕਿੱਸਾ ਸਾਹੇ ਮਰਦਾਂ ਦਾ ਕਹਿੰਦੀ ਜੀਤੇ ਕਹਿੰਦੀ ਹੋ ਸੀ ਹਾਰ ਖੇਡਾਂ ਤੂੰ ਖੇਡੇ ਮਿਸਰੀ ਤੇ ਖੇਡਾਂ ਨੀ ਕਿਹੜੇ ਭਾ ਅੱਗੇ ਤੇਰੀ ਨਾ ਮਾਂ ਮਰੀ ਰਲ ਮਿਲ ਕਹਿਰ ਕਮਾ ਹੁਣ ਕਰਨ ਸਲਾਈ ਤੇਰੀਆਂ ਮੈਦਾ ਪਿਓ ਤੇ ਮਾਂ ਤੇ ਆਖੇ ਲੰਕ ਲਕੀਰ ਦੇ ਤੂੰ ਨੱਸ ਜਾ ਚੰਗੀ ਗੱਲ ਹੀ ਇੱਥੋਂ ਨਿਕਲ ਵੰਜ ਤੇਰੀ ਮਾਂ ਦਾ ਵੀ ਕੰਡਾ ਨਾ ਕੱਢਿਆ ਮੈਂ ਆਪਣੇ ਕੰਨਾਂ ਨਾਲ ਸੁਣ ਕੇ ਪਿਆ ਨਹੀਂ ਤੇਰਾ ਵੀ ਮਨਸੂਬਾ ਬਜਦਾ ਪਿਆ ਈ ਆਵਾਣ ਪੁੱਛਿਆ ਕਿਹੜੇ ਕਿਹੜੇ ਬੰਦੇ ਆਖਣ ਲੱਗਾ ਤਰਾ ਮਤਰੀਆਂ ਮਾਵਾਂ ਨੀ ਤੇ ਚੌਥੀ ਮੇਰੀ ਮਾਂ ਵੀ ਸਲਾਹ ਦੇ ਵਿੱਚ ਆ ਅਮਾਨ ਜੀ ਤੁਰ ਹੋਇਆ ਸਤਰਾਂ ਨਹੀਂ ਆਇਆ ਜੀ ਆਣ ਕੇ ਜਮਾਨ ਕਤਲ ਕਰ ਦਿੱਤਾ ਮਾਰ ਕੇ ਇਸ ਲਈ ਇੱਕ ਫਰਲਾਂਗ ਤੁਰੇ ਹੋ ਸੀ ਆਖਣ ਲੱਗਾ ਪਿੱਛੇ ਮੇਰਾ ਪਿਓ ਰਹੇ ਤੂੰ ਤੰਗ ਪਿੱਕ ਰਹੇ ਸੀ ਆ ਤਾਂ ਮੈਂ ਆਪਣੇ ਪਿਓ ਨੂੰ ਦੱਸੀ ਵੰਨਾ ਸਾਰੇ ਦਰਵਾਜ਼ੇ ਚਾ ਬੰਦ ਕੀਤੇ ਉੱਤੇ ਲਿਖਿਆ ਸਹਿਜਾ ਦਿਕੜਾ ਕੇ ਲਿਖੇ ਨੌਕਰ ਨੌਕਰੀ ਪਰ ਬੰਦ ਕਿਵੇਂ ਦੇਂਦੇ ਸਭ ਦਰਬਾਰੇ ਬਲੂ ਕਿਸ ਦੀ ਬਲੂ
ਰੱਖਿਆ ਖਾਨ ਜੀ ਬਹੁਲ ਹੋਣਾ ਰਿੰਦ ਬਲਕਾ ਤਿਲ ਮਿਸਰੀ ਖਾਨ ਨੇ ਔਰ ਯਤਨ ਕਰੇ ਤੰਗ ਬਰਕ ਬਰਸਾਂ ਤਕੜੀ ਤੁਲ ਗਈ ਤਕਦੀਰ ਦੀ ਜਿਹ ਲੋੜਾ ਚਾ ਦੇਸੀਆਂ ਰਹਿਮਾਨ ਮੀਆਂ ਸਭ ਦਰਵਾਜ਼ੇ ਮਾਰ ਕੇ ਬਾਰੂ ਕੀ ਤਸਬੰਦ ਉੱਤੇ ਲਿਖਿਆ ਖਾਨ ਜੀ ਦੇ ਬਹੁਣੀ ਹੋਣਾ ਰੰਜ ਕਾਤਿਲ ਮਿਸਰੀ ਖਾਨ ਨੇ ਤੇਰੇ ਯਤਨ ਕਰੇ ਤੰਗ ਇਹ ਅਲਫਾਜ਼ ਲਿਖ ਕੇ ਟੁਰ ਪਿਆ ਉਸਤਾਨ ਚ ਆਇਆ ਜੀ ਮਾਂ ਦੀ ਕਬਰ ਉੱਤੇ ਸਹਿ ਪਿਆ ਬਾਰੇ ਖਾਨ ਚਬਾਰੇ ਦੇ ਸੁੱਤਾ ਪਿਆ ਖਾਦ ਕੇ ਵੇਦਾ ਖੂਨ ਦਾ ਦਰਿਆ ਵੇਦਾ ਸਫੈਦ ਕਬੂਤਰ ਹੱਥ ਉੱਡ ਗਿਆ ਜਲਦੀ ਜਲਦੀ ਵਜ਼ੀਰ ਨੂੰ ਸੜੇਂਦਾ ਇਹ ਖਾਦ ਜਵਾਬ ਮੰਡੇ ਵਜ਼ੀਰ ਕੀ ਆਦਾ ਬਾਰੇ ਖਾਨ ਨੂੰ ਉਹ ਖਾਦ ਦੇ ਮੁਤਲਿਕ ਸਹਿਰ ਜਾ ਤੇ ਕੜਾ ਕੇ ਲਿਖੇਂਦਾ ਜੀ ਨੌਕਾ ਨੌਕਰੀ ਪ੍ਰਬੰਧ ਕਿਵੇਂ ਦੇਂਦਾ ਜੀ ਗੁਜ਼ਰ ਗਈਆਂ ਸਹਿ ਸਦੀਆਂ ਜਿਹਨੇ ਅੱਖੀਆਂ ਨੂੰ ਗੋਲੀ ਮਾਰ ਵਾਈ ਤੇ ਉੱਥੇ ਅੱਜ ਤਈ ਰੋਂਦੀਆਂ ਮਦੀਆਂ ਕੁਰਬਾਨ ਵੰਜਾ ਹੁਸੈਨ ਸਮਰਾ ਤੂੰ ਜਿਸ ਵਤਨ ਤੂੰ ਝੋਕਾਂ ਲੱਡੀਆਂ ਵਜ਼ੀਰ ਕੀ ਆਦਾ ਜੀ ਬਾਰੇ ਖਾਨ ਨੂੰ ਸਹਿਜਾ ਤੇ ਕੜਾ ਕੇ ਲਿਖੇਂਦਾ ਜੀ ਨੌਕਰ ਨੌਕਰੀ ਪ੍ਰਬੰਧ ਕਿਵੇਂ ਦੇਂਦਾ ਜੀ ਨਿਕਲ ਮੜੀ ਜਿੰਦੜੀ ਸਜੂ ਮੈਡਾ ਕਿਤਾਬਾਂ ਦਿੱਤੀਆਂ ਹਿੰਦੀ ਨੂਰ ਜਮਾਲ ਭਲਾ ਪੜਿਆ ਇਲਮ ਨਜੂਮ ਦਾ ਉਲਟੀ ਪੈ ਗਈ ਫਾਲ ਭਲਾ ਮੈਂ ਨਹੀਂ ਦੱਸਦਾ ਖਾਨ ਜੀ ਉਹ ਮੈਨੀ ਨਹੀਂ ਮਜਾਲ ਭਲਾ ਆਪ ਲਗਵਾਂ ਜੀ ਸੱਤੀ ਰੇ ਹਾਵੇ ਖਰਦਾ ਤੱਕ ਲੈ ਹਾਲ ਬਰਕ ਬਰਸਾਂ ਕਿੱਸਾ ਸਾਹੇ ਮਰਦਾਂ ਦਾ ਕਹਿੰਦੀ ਜੀਤੇ ਕਹਿੰਦੀ ਹੋ ਸੀ ਹਾਰ ਮੀਆਂ
ਕਿਤਾਬਾਂ ਡਿੱਠੀਆਂ ਹਿੰਦੀ ਨੂਰ ਜਮਾਲ ਤੇ ਪੜਿਆ ਇਲਮ ਨਜੂਮ ਦਾ ਉਲਟੀ ਪੈ ਗਈ ਫਾਲ ਤੇ ਮੈਂ ਨੀ ਦਰਜਾ ਖਾਨ ਦੀ ਮੈਡੀ ਨਹੀਂ ਮਜਾਲ ਤੇ ਆਪ ਲੱਗਾ ਵਾਂ ਸਤਰੇ ਘਰ ਦਾ ਤੱਕ ਲੈ ਹਾਲ ਬਾਰੇ ਖਾਨ ਤੁਰ ਪਿਆ ਆਇਆ ਸਤਰਾਂ ਵਿੱਚ ਵੇਖ ਆਵੇ ਥਾ ਤੇ ਚਵਾਂ ਦੇ ਗਾਟਿਆ ਲੱਗ ਥੀਏ ਪੈਨ ਚਾਰੇ ਕਤਲ ਹੋਈਆਂ ਪਈਆਂ ਆਖਣ ਲੱਗਾ ਇਹਨਾਂ ਦਿੱਤਾ ਖੈਰ ਮੇਰੇ ਮੇਰਾ ਮਿਸਰੀ ਖਾਨ ਕੋਈ ਐਲਾਨ ਕਰ ਦਿੰਦਾ ਵਾ ਜਿਹੜਾ ਮਿਸਰੀ ਖਾਨ ਨੂੰ ਗੋਲ ਕੇ ਲਿਆ ਸੀ ਮੂੰਹ ਮੰਗਾ ਇਨਾਮ ਦੇ ਸਾਂ ਫੌਜਾਂ ਤੁਰ ਪਈਆਂ ਮਿਸਰੀ ਖਾਨ ਨੂੰ ਗੋਲਣ ਵਾਸਤੇ ਕਿਵੇਂ ਗੁਰੇਨੀਆਂ ਸਹਿਜਾ ਦੀ ਕੜਾ ਕੇ ਲਿਖੇਂਦੀ ਨੌਕਰ ਨੌਕਰੀ ਪਰਬਾਨ ਕਿਵੇਂ ਦੇਂਦੀ ਫੌਜ ਜੀ ਕਿਵੇਂ ਗੁਲੇਨੀਆਂ ਮਿਸਰੀ ਖਾਨ ਨੂੰ ਸਹਿਜਾ ਤੇ ਕੜਾ ਕੇ ਲਿਖੇ ਗਈ ਨੌਕਰ ਨੌਕਰੀ ਪਰਬੰਧ ਕਿਵੇਂ ਰਹਿੰਦੇ ਡੂਡਣ ਚੜੀਆਂ ਖਾਨ ਨੂੰ ਧੂੜ ਚੜੀ ਸੰਸਾਰ ਬਲ ਜੰਗਲ ਬੇਲੇ ਢੂੰਡਦੇ ਦਿਸ ਵੀਡੀਓ ਇਜ਼ ਅਪਲੋਡਡ ਬਾਈ ਮਾਲਕ ਲੀਲਾ ਓ ਢੂੰਡਨ ਗਲੀ ਬਾਜ਼ਾਰ ਹੱਥ ਨਹੀਂ ਆਇਆ ਨਸੀਰੀ ਹਾਏਵੇ ਖਾਲੀ ਬੰਦੇ ਸਵਾਰ ਬਰਕ ਬਰਸਾਂ ਤਕੜੀ ਭੁੱਲ ਗਈ ਤਕਦੀਰ ਦੀ ਜਿਹਦੇ ਲੋਟਾ ਚਾਹਦੇ ਸੀ ਡੂਡਣ ਚੜੀਆਂ ਖਾਨ ਨੂੰ ਫੌਜਾਂ ਲੱਖ ਹਜ਼ਾਰ ਤੇ ਧੁਰਤ ਡਾਈ ਘੋੜਿਆਂ ਧੂੜ ਚੜੀ ਸੰਸਾਰ ਜੰਗਲ ਬੇਲੇ ਡੂੰਡੇ ਡੂਡਨ ਗਲੀ ਬਾਜ਼ਾਰ ਤੇ ਹੱਥ ਨਹੀਂ ਆਇਆ ਮਿਸਰੀ ਖਾਲੀ ਬਲੇ ਸਵਾਰ ਫੌਜਾਂ ਖਾਲੀ ਵਾਪਸ ਭਵੀਆਂ ਆਉਂਦੀਆਂ ਖੁਦਾ ਤੇ ਖੁਦਾ ਦੇ ਹਬੀਬ ਦੇ ਹਵਾਲੇ ਕਰਿੰਦਾ ਮਿਸਰੀ ਖਾਨ ਨੂੰ ਬਾਰੇ ਖਾਨ ਘਰ ਵਾਪਸ ਆ ਗਿਆ ਮਿਸਰੀ ਖਾਨ ਮਾਂ ਦੀ ਕਬਰ ਦੇ ਸੁੱਤਾ ਪਿਆ ਤੇ ਖਾਬ ਵਿੱਚ ਮਾਂ ਮਿਲੀ ਇਸ ਮਾਂ ਕੀ ਆਦੀ ਇਸ ਸ਼ਹਿਜਾਦ ਦੇ ਕੜਾ ਕੇ ਲਿਖੇ ਲਈ ਨੌਕਰ ਨੌਕਰੀ ਪਰਬੰਧ ਕੀ ਮਿਲੇ ਨਹੀਂ ਆ ਨਿਕਲਣ ਰੋਂਦਾ ਰੋਂਦਾ ਸਹਿ ਗਿਆ ਮਿਸਰੀ ਖਾਨ ਨਬਾ ਬਲ ਖਾਬ ਵਿਖਾਲੇ ਮਿਲ ਗਈ ਮਿਸਰੀ ਖਾਨ ਨੂੰ ਮਾਇਓ ਚੁੰਮਦੀ ਨੂੰ ਸਰ ਚੋਟੀਆਂ ਉਹ ਦਿਲੋਂ ਦਿਲੇ ਦੁਆ ਮੇਰੇ ਮਿਸਰੀ ਖਾਨ ਦਾ ਹਾਵੇ ਉਹ ਰੱਖ ਆਪ ਖੁਦਾ ਪਰ ਅਕਬਰ ਸਾਂ ਤਕੜੀ ਭੁੱਲ ਗਈ ਤਕਦੀਰ ਦੀ ਚਾਹ ਦੇਸੀਆਂ ਰਹਿਮਾਨੀਆਂ
ਰੋਂਦਾ ਰੋਂਦਾ ਸਹਿ ਗਿਆ ਮਿਸਰੀ ਖਾਨ ਨਵਾਬ ਦੇ ਖਾਬ ਵਿਖਾਲੇ ਮਿਲ ਗਈ ਮਿਸਰੀ ਖਾਨ ਨੂੰ ਮਾਂ ਉਹ ਚੁੰਦੀ ਨੂੰ ਸਲ ਚੋਟੀਆਂ ਦਿਲੋਂ ਦੇ ਦੁਆ ਤੇ ਮੇਰੇ ਮਿਸਰੀ ਖਾਨ ਦਾ ਰਾਖਾ ਆਪ ਖੁਦਾ ਮਾਂ ਮਿਸਰੀ ਖਾਨ ਦੀ ਖਾਬ ਵਿੱਚ ਮਿਲੀ ਤੇ ਉਹ ਵੀ ਖੁਦਾ ਤੇ ਖੁਦਾ ਦੇ ਹਬੀਬ ਦੇ ਹਵਾਲੇ ਕਰੇਂਦੀ ਆਪਣੇ ਪੁੱਤਰ ਨੂੰ ਮਿਸਰੀ ਖਾਨ ਨੂੰ ਪੰਜਾਂ ਪੀਰਾਂ ਦੀ ਗੁੱਟੀ ਲੱਗੀ ਹੋਈ ਆਈ ਤੂੰ ਚੱਲ ਰਵਾਨਾ ਹੋਇਆ ਸੁਬਹ ਸਵੇਰੇ ਨਫਲ ਨਮਾਜ਼ ਅਦਾ ਕਰਕੇ ਚਲਦਿਆਂ ਚਲਦਿਆਂ ਜੰਗਲ ਚ ਰਾਤ ਆ ਗਈ ਇਸ ਕੋਈ ਵਸੂ ਵਲੈਕ ਨਜ਼ਰ ਨਹਿ ਸਾਈ ਇਤਨੇ ਤਾਈਂ ਕੋਠੀ ਜਿਹੜਾ ਨਾ ਜੀ ਉੱਠ ਪਿਆ ਬਹਿਦਾ ਹੁਸ਼ ਹੁਸ਼ ਕੀਤੀ ਏ ਤੇ ਮਿਸਰੀ ਖਾਨ ਪਤਾ ਲੱਗ ਗਿਆ ਬਾਈ ਕੋਠੀ ਤੇ ਬਾਂਦੇ ਪੈਣ ਉਹਨਾਂ ਕੋਲ ਵੰਜ ਵੜਿਆ ਉਹਨਾਂ ਨੂੰ ਪੈਦਾ ਅਸਲਾਮ ਵਾਲੇਕੁਮ ਨਾ ਕਹਿ ਵਾਲੇਕੁਮ ਸਲਾਮ ਭਾਈ ਆਖਣ ਲੱਗਾ ਯਾਰ ਬਾਈ ਰਾਤ ਦਾ ਝੱਟ ਆਰਾਮ ਕਰਨਾ ਉਹਨਾਂ ਆਖਿਆ ਯਾਰ ਖੁਦਾ ਹੀ ਫਰਸ਼ ਏ ਅਸਾਂ ਵੀ ਤਲੇ ਸੁੱਤੇ ਪਿਆ ਤੇ ਤਬੀ ਤਲੇ ਸੋਣਾ ਜਿੱਥੇ ਮਰਜ਼ੀ ਠੀਕ ਕੇ ਸੈਂ ਪੋ ਮਿਸਰੀ ਖਾਨ ਆਖਣ ਲੱਗਾ ਯਾਰ ਤੁਹਾਡੀ ਬੜੀ ਮਿਹਰਬਾਨੀ ਉਸੀ ਕੋਈ ਗੂਣੀ ਦਾ ਟੋਟਾ ਹੈ ਤਾਂ ਮੈਂ ਤਲੇ ਖਤੇ ਨਾ ਤੇ ਕੋਠੀ ਆਖਿਆ ਯਾਰ ਚੂਕ ਕੋ ਨਹੀਂ ਛੋੜਨੀ ਥੱਕੇ ਟੁੱਟੋਏ ਹਾਂ ਸੋਣ ਕੋਰੇ ਦੇਵਣਾ ਗੁਣੀ ਦਿਓ ਤੇ ਪਰ ਆਪ ਹੀ ਆਰਾਮ ਕਰਾਂ ਤਿਸਨੀ ਝੱਟ ਆਰਾਮ ਕਰਨ ਦੇਵਾਂ ਗੁਣੀ ਦਿੱਤੋ ਨੀ ਮਿਸਰੀ ਖਾਨ ਨੂੰ ਜੀ ਮਿਸਰੀ ਖਾਨ ਗੁਣੀ ਚ ਗੱਤੀ ਸਮ ਪਿਆ ਉੱਠੀ ਦੀ ਹਮੇਸ਼ਾ ਹਰਨ ਦੇ ਸਿੰਘ ਤੇ ਰੋਜ਼ੀ ਹੁੰਦੀ ਕੋਈ ਵੇਲਾ ਰੱਦ ਹੋਇਆ ਤੋ ਉੱਠੀ ਉੱਠ ਉਠਾ ਕੇ ਦੇਣ ਚਾਨੂ ਚੌੜਨੀ ਹੈ ਅਵਾਨ ਦਾ ਕੰਗਣ ਕੈਠਾ ਪਾਇਆ ਹੋਇਆ ਸੋਨੇ ਦਾ ਚੰਦ ਦੀ ਲਾਈਟ ਤੂੰ ਦੀ ਸੂਰਤ ਦੀ ਲਾਈਟ ਜਕ ਬਰਾਬਰ ਆਈ ਉੱਠੀ ਤੁਰ ਪੈ ਗੁਣੀ ਉਹਨਾਂ ਨੂੰ ਭੁੱਲ ਗਈ ਏ ਇੱਕ ਆਖਣ ਯਾਰ ਮੈਂ ਤੂੰ ਗੁਣੀ ਵੀ ਸਾਰੀ ਆ ਨਾ ਉਹਨਾਂ ਆਖਿਆ ਯਾਰ ਅਸੀਂ ਥਾਈ ਖਲੋਤੇ ਹਾਂ ਤੂੰ ਵਾਹੇ ਤੇ ਗੁਣੀ ਤੇ ਲੁੱਸੀ ਕਿੰਨੇ ਭਾਵੇਂ ਜਾਗਦਾ ਪਿਆ ਤੇ ਭਾਵੇਂ ਸੁੱਤਾ ਪਿਆ ਮਿਦਰੀ ਖਾਨ ਸੁੱਤਾ ਪਿਆ ਆਇਆ ਉੱਠੀ ਉੱਠੀ ਨੂੰ ਗੁਣੀ ਭੁੱਲ ਗਈ ਏ ਵਾਪਸ ਲੱਗਾ ਗਿਆ ਉਹਨਾਂ ਆਖਿਆ ਯਾਰ ਗੁਣੀ ਕਿੱਥੇ ਨੇ ਗੁਣੀ ਜਾ ਕੇ ਗਿਣਨ ਗਿਆ ਗੁਣੀ ਕਿੱਥੇ ਹੀ ਆਖੇ ਯਾਰ ਮੈਂ ਇੱਕ ਨਵਾਂ ਤਮਾਸ਼ਾ ਵੇਖ ਕੇ ਪਿਆਂਦਾ ਹੈ ਕਿਹੜਾ ਨਵਾਂ ਤਮਾਸ਼ਾ ਆਖੇ ਯਾਰ ਮੈਂ ਆਪਣੀ ਅੱਖੀ ਨਾਲ ਵੇਖ ਕੇ ਪਿਆ ਨਾ ਮੁਸਾਫਿਰ ਦੇ ਮੂੰਹ ਨੂੰ ਭਾ ਲੱਗੀ ਪਈ ਆਈ ਛੋੜੋ ਆਖੇ ਯਾਰ ਕਿਹੜੇ ਮੱਥੇ ਲੱਗਦੇ ਨੇ ਗੁਣੀ ਨਾ ਬੁਲਾ ਛੋੜੀ ਬਿਜਲੀ ਖਾਨ ਸੁਬਹ ਸਵੇਰੇ ਨਫਲ ਨਮਾਜ਼ ਅਦਾ ਕੀਤੀ ਖੁਦਾ ਤੇ ਖੁਦਾ ਦੇ ਹਬੀਬ ਨੂੰ ਯਾਦ ਕਰਕੇ ਤੂੰ ਚੱਲ ਰਵਾਨਾ ਹੋਇਆ ਸਦਾ ਕੁਜ਼ਈ ਸ਼ਹਿਰ ਦਾ ਨਾਂ ਹੈ ਸ਼ਹਿਰ ਤੂੰ ਬਾਰ ਬਾਰ ਮਸਜਿਦ ਏ ਮਸੀਹ ਤੇ ਜਾਣ ਵੜਿਆ ਮੌਲੀ ਜੀ ਮਿਸਰੀ ਖਾਨ ਨੂੰ ਵੇਖਿਆ ਨਾ ਜੀ ਹਾਲੇ ਡੀ ਖਲੋਤਾ ਜੀ ਬਾਂਗ ਦੇ ਦਿੱਤੀ ਇਸ ਨਮਾਜ਼ੀ ਆ ਗਏ ਆਖਣ ਲੱਗੇ ਉਸ ਆਈਏ ਤਾਂ ਹਾਲੇ ਡੀ ਖਲੋਤਾ ਤੁਸਾਂ ਬਾਂਗ ਦੇ ਦਿੱਤੀ ਏ ਆਖੇ ਤੁਸਾਂ ਇਸ ਗੱਲ ਨੂੰ ਨਹੀਂ ਜਾਣਦੇ ਤੁਸਾਂ ਨਮਾਜ਼ ਪੜ੍ਹਨੀ ਹੈ ਮੈਂ ਤੁਹਾਡੇ ਇਮਾਮ ਹਾਂ ਨਮਾਜ਼ ਸਮਾਜ਼ ਪੜ੍ਹ ਰਹੇ ਤੇ ਨਮਾਜ਼ੀ ਆਖਣ ਲੱਗੇ ਉਸ ਆਜਿਆ ਜਿਨ ਮਸੀਹ ਦਾ ਪਰਾਣਾ ਮੌਲੀ ਸਾਹਿਬ ਆਖਣ ਲੱਗੇ ਇਹਦੀ ਰੋਟੀ ਮੇਰੇ ਘਰ ਏ ਇਹ ਮੇਰਾ ਮਾਮਾ ਨੇ ਮੌਲੀ ਸਾਹਿਬ ਹਲਕਾ ਥੀ ਗਿਆ ਬਾਈ ਸੋਰ ਦਾ ਸੋਨਾ ਬਹੁਤ ਸਾਰਾ ਚਾਈ ਵਧਾ ਇਸ ਕੋਲ ਖਸ ਗਿਨਸਾਂ ਮਨ ਬੜਾ ਕੰਮ ਰੇ ਸੀ ਘਰ ਗਿਆ ਖਾਣਾ ਤਿਆਰ ਚ ਕੀਤੋ ਮਸੀਹ ਤੇ ਚਾਇਆ ਆਖਣ ਲੱਗ ਯਾਰ ਪਹਿਲੇ ਖਾਣਾ ਨਾ ਖਵੇਂਦਾ ਪਹਿਲੇ ਕੰਗਣ ਕੈਠਾ ਗਿਣਾ ਸੋਨੇ ਦਾ ਮੌਲੀ ਸਾਹਿਬ ਕਿਹਾ ਤਾਂ ਮਿਸਰੀ ਖਾਨ ਨੂੰ ਸਾਹਿਬਜ਼ਾਦੇ ਕੜਾ ਕੇ ਲਿਖੇਂਦਾ ਈ ਨੌਕਰ ਨੌਕਰੀ ਪਰਬਾਨੀ ਕੀ ਮੇਰੇ ਮੀਆਂ ਨਿਕਲੋ ਮੇਰੀ ਮੁੰਡੜੀ ਜ਼ਿੰਦਗੀ ਲੜੂ ਮੈਂਦਾ ਛੋਟਾ ਲੜਕਾ ਜੋ ਸਦਦਾ
ਤੇਰੀ ਤਾਂ ਬਲਸੇ ਮੋਰ ਨੇ ਚਾ ਤੂੰ ਆਪਣਾ ਕਰਿਆ ਮੈਂ ਬੈਸਾ ਬਲਾ ਡਾਡਾ ਲੋ ਕੁਕੁਜਈਦਾ ਬਸ ਨਾਂ ਡਰਾਵਾਂ ਬਲਸੇ ਮੋਰ ਨੇ ਚਾ ਤੂੰ ਆਪਣਾ ਕਰਿਆ ਮੈਂ ਬੈਸਾ ਬਰਕ ਬਰਸਾ ਤਕੜੀ ਤੁਲ ਗਈ ਤਕਦੀਰ ਦੀ ਜਿਹਦੇ ਲੋਡਾ ਚਾ ਦੇਸੀਆਂ ਬੁਰੇ ਮਾਨੀਆਂ ਮੌਲੀ ਸਾਹਿਬ ਅੱਗਾ ਛੋਟਾ ਲੜਕਾ ਸੰਦਾ ਫਿਰੇ ਕੋਇਲੇ ਟਾਂਗ ਦਿੱਤੀ ਬਾਂਗ ਸ਼ਾਮ ਦੀ ਲੱਗੀ ਤੇਰੀ ਤਾਂਗ ਡਾਢਾ ਲੋਕ ਕੁਜਈਦਾ ਬਾਸ਼ਕ ਨਾਂਗ ਡਰਾਂ ਤਾਂ ਜ਼ੇਵਰ ਦੇ ਤੂੰ ਆਪਣਾ ਘਰ ਆਵਾਂ ਮੈਂ ਸਾਂਭ ਮੌਲੀ ਆਖਿਆ ਚੰਗੀ ਗੱਲ ਆ ਬੱਚੇ ਜ਼ੇਵਰ ਲਾ ਕੇ ਮੈਂ ਚੜੇ ਬਾਂਗ ਇਸ ਵਾਸਤੇ ਤਿਰਖੇ ਤਿਰਖੇ ਮੈਂ ਦਿੱਤੀ ਜੇ ਤੇਰੇ ਕੋਲ ਕੋਈ ਜ਼ੇਵਰ ਖਸ ਗਿਨੇ ਆ ਚੰਗੀ ਗੱਲ ਨਹੀਂ ਜੇ ਜ਼ੇਵਰ ਲਾ ਕੇ ਦੇ ਚ ਮੈਂ ਘਰ ਰੱਖਾਵਾਂ ਤਾਂ ਸਵੇਰੇ ਜਿਹੜੇ ਪਾਸੇ ਵੰਜਣਾ ਉਹ ਵੀ ਮੇਰੇ ਕੋਲ ਗਿਣ ਕੇ ਲੱਗਾ ਵੰਜੇ ਮਿਸਰੀ ਖਾਨ ਆਖਿਆ ਮੌਲੀ ਸਾਹਿਬ ਨੂੰ ਸ਼ਹਿਜਾਦ ਕੜਾ ਕੇ ਲਿਖੇਂਦਾ ਈ ਲੋਕਾਂ ਨੂੰ ਵੀ ਕੁਰਬਾਨੀ ਕਿਵੇਂ ਦੇਂਦਾ ਈ ਤਦੇ ਵਿੱਚ ਮਾਈ ਸਾਡੇ ਰੋਂਦੇ ਨੈਣ ਨਿਮਾਣੇ ਦੂਰ ਗਿਆ ਪਰਦੇਸੀਆਂ ਕੋ ਅੱਲਾ ਖੈਰੀ ਵਤਨ ਤੇ ਆਣੇ ਆਣੀ ਉਹਨਾਂ ਨੂੰ ਤੇ ਮੇਰੀ ਸਾਨੂੰ ਦਿਲ ਸਿੱਖਦੀ ਜਦੇ ਕਣੇ ਬਰੀ ਮੁਰੀ ਗਗਨ ਟੁਰ ਸਜਣ ਗਏ ਨੀ ਤੇ ਦੁੱਖਾਂ ਨੂੰ ਕਿਤੇ ਨੀ ਟਿਕਾਣੇ ਮਿਸਰੀ ਖਾਨ ਕੇ ਆਦਾ ਜੀ ਮੌਲੀ ਸਾਹਿਬ ਨੂੰ ਸਹਿਜਾਦ ਕੜਾਕੇ ਲਿਖੇਂਦਾ ਈ ਲੋਕਾਂ ਨੌਕਰੀ ਪ੍ਰਬੰਧ ਕਿਵੇਂ ਲਿਆ ਨਹੀਂ ਨਿਕਲਣੀ ਛੋਟਾ ਲੜਕਾ ਜੋ ਸਰਦਾ ਨਿਕਲ ਪਿਆ ਪਰਦੇਸ ਭਲਾ ਛੋਟਾ ਲੜਕਾ ਵੇਖ ਕੇ ਭਵੇਂ ਨ ਮੇਰੇ ਪੇਸ ਭਲਾ ਜ਼ੇਵਰ ਮੈਂ ਤੈਨੂੰ ਇੰਜ ਦਿਸਾਂ ਉਹ ਸਾਰਾ ਦੇਖੀ ਜੇ ਭਲਾ ਜ਼ੇਵਰ ਮੈਂ ਤੈਨੂੰ ਇੰਜ ਦਿਸਾਂ ਵੇਖੀ ਸਾਰਾ ਦੇ ਤਰਕ ਬਰਸਾ ਤਕੜੀ ਤੁਲ ਗਈ ਤਕਦੀਰ ਦੀ ਜਿਹਦੇ ਲੋਡਾ ਦੇਸੀਆਂ ਹਮਰੇ ਮਾਨ ਛੋਟਾ ਲੜਕਾ ਸੰਦਾ ਨਿਕਲ ਪਿਆ ਪਰਦੇਸ ਤੇ ਛੋਟਾ ਲੜਕਾ ਵੇਖ ਕੇ ਮੌਲੀ ਸਾਹਿਬ ਪਵੇ ਨਾ ਮੇਰੇ ਪੇਸ਼ ਤੇ ਜ਼ੇਵਰ ਮੈਂ ਤੈਨੂੰ ਇਹ ਦੇਸਾਂ ਤੇ ਵੇਖੀ ਸਾਰਾ ਦੇਸ ਮੌਲੀ ਸਾਹਿਬ ਨੂੰ ਤਾਂ ਕਾਵਿਰ ਚਾੜ ਗਈ ਤੇ ਚਾਟੀ ਲਾਗ ਦੀ ਤੇ ਮਿਸਰੀ ਖਾਨ ਨੂੰ ਕਿਹਾ ਦਾ ਮੌਲੀ ਸਾਹਿਬ ਸ਼ਹਿਰ ਜਾ ਤੇ ਕਲਕ ਕੇ ਲਿਖੇਂਦਾ ਈ ਲੋਕਾਂ ਨੌਕਰੀ ਪ੍ਰਬੰਧ ਕਿਵੇਂ ਲੈ ਲਈ
ਛੋਟਾ ਲੜਕਾ ਜੋ ਸਮਝਦਾ ਵੱਡੀ ਗੱਲ ਕਰੇ ਬਲਾ ਮਾਰਾ ਪੰਜਾ ਹੱਥ ਦਾ ਓ ਸੁਝੜੇ ਬਲਾ ਕੰਗਣ ਕੈਠਾ ਜਾ ਪੂਣਾ ਅੱਗੇ ਨਾ ਧਰੇ ਬਲਾ ਜਾਨ ਬੱਚਾ ਲੈ ਆਪਣੀ ਹਰੇ ਉਹ ਮੁਕਤੀ ਕਿਉਂ ਮਰੇ ਪਲਕ ਬਰਸਾ ਕਿੱਸਾ ਸਾਹੇ ਮਰਦਾਂ ਦਾ ਕਹਿੰਦੀ ਜੀਤੇ ਕਹਿੰਦੀ ਹੋਸੀ ਹਾਰਮੀਆਂ ਛੋਟਾ ਲੜਕਾ ਸਾਂਦਾ ਵੱਡੀ ਗੱਲ ਕਰੇ ਤੇ ਮਾਰਾਂ ਪੰਜਾਹ ਦਾ ਹੋ ਬਿਓ ਜੜੇ ਕੰਗਣ ਕੈਠਾ ਆਪਣਾ ਅੱਗੇ ਲਾ ਧਰੇ ਤੇ ਜਾਨ ਬਚਾ ਲਿਆ ਆਪਣੀ ਮੁਫਤੀ ਕਿਉਂ ਮਰੇ ਚੰਗੀ ਗੱਲ ਆ ਕੰਗਣ ਕੈਠਾ ਪਰੇ ਲਾ ਕੇ ਰੱਖ ਦੇ ਨਹੀਂ ਤੇ ਚਾੜ ਨਾਲ ਮਾਰ ਗੱਤ ਸਾਈ ਮਿਸਰੀ ਖਾਨ ਆਗਾ ਖੈਰ ਉਸਤਾਦ ਜੀ ਅਜੇ ਤੰਗ ਨਾ ਪੋ ਮੈਨੂੰ ਉਸਤਾਦ ਨਹੀਂ ਪੜਿਆ ਜੇ ਆਪਣਾ ਹੱਥਾਂ ਨਾਲ ਦੇ ਉਹ ਲਾ ਕੇ ਮੈਂ ਤਿੰਨ ਚੜੇਵਾਂ ਖਾ ਮਖਾ ਤੂੰ ਲਹਿਣਾ ਤੇ ਮੈਂ ਬੈਠਾ ਤੇ ਤੂੰ ਲਾ ਕੇ ਮੌਲੀ ਸਾਹਿਬ ਨੇ ਇਜਾਜ਼ਤ ਮਿਲ ਗਈ ਤੇ ਕਿਵੇਂ ਕੰਗਣ ਕੈਠਾ ਲਹਿੰਦਾ ਮਿਸਰੀ ਖਾਨ ਦਾ ਸ਼ਹਿਰਜ਼ਾਦੇ ਕੜਾ ਕੇ ਲਿਖੇ ਨੌਕਰ ਨੌਕਰੀ ਬਰਬੰਦ ਕਿਵੇਂ ਦੇਂਦੇ ਮੌਲਵੀ ਕੈਠਾ ਜੋ ਨੱਪਿਆ ਕੀਤਾ ਸੀ ਬਜ਼ਮਲ ਝੱਟ ਬਲਾ ਹੇਠੂ ਮਿਸਰੀ ਖਾਨ ਦਾ ਦਾੜੀ ਚ ਪੈ ਗਏ ਸੀ ਹੱਥ ਬਲਾ ਆ ਗਈ ਪੰਜੇ ਸ਼ੇਰ ਦੇ ਉਹਦੇ ਤੇ ਚੜ ਸੀ ਬੱਟ ਬਲਾ ਡੱਠਾ ਸਰ ਗਰਦਾਨੀਆਂ ਹਾਏ ਉਹ ਗੱਜ ਤੇ ਧਰ ਸੀ ਲੱਤ ਬਲਾ ਇੱਕ ਵਾਰੀ ਮੌਲੀ ਆਖਦਾ ਇੰਨਾ ਕਰਸਾਂ ਬੱਤ ਮੈਂ ਜਿਤਨੇ ਤਈ ਜੀ ਸਾਂ ਇੰਨਾ ਕਰਸਾਂ ਬੱਤ ਪਰਕ ਬਰਸਾਂ ਤਕੜੀ ਤੁਲ ਗਈ ਤਕਦੀਰ ਦੀ ਜਿਹੜੇ ਲੋੜਾ ਚਾਹਦੇ ਸੀ ਆਪਣੇ ਮਾਂ ਇਸ ਵੀਡੀਓ ਇਜ਼ ਅਪਲੋਡਡ ਬਾਈ ਮਾਲਕ ਲੱਲਾ ਮੌਲਵੀ ਕੈਠਾ ਨੱਪਿਆ ਕੀਤਾ ਸੀ ਬਾਜ਼ਾ ਮਲਾ ਝੱਟ ਹੇਠੂ ਮਿਸਰੀ ਖਾਨ ਦਾ ਦਾੜੀ ਚ ਪੈ ਗਏ ਸੀ ਹੱਥ ਆ ਗਈ ਪੰਜੇ ਛੇ ਦੇ ਡੋਏ ਤਰਾ ਚੜ੍ਹਦੀ ਵੱਟ ਡੱਟਾ ਸਰਗਰਦਾਨੀਆਂ ਗਾਟੇ ਦੇ ਦਰਸੀ ਲੱਤ ਇੱਕ ਵਾਰੀ ਮੌਲੀ ਆਖਦਾ ਇਹਨਾਂ ਕਰਸਾਂ ਵੱਤ ਜਿਤਨੇ ਟਾਈਮ ਮੈਂ ਜੀਸਾਂ ਇਹਨਾਂ ਕਰਸਾਂ ਵੱਤ ਮਿਸਰੀ ਖਾਨ ਆਖਿਆ ਮੌਲੀ ਸਾਹਿਬ ਹੁਣ ਗਾਟੇ ਤੂੰ ਲੱਤਾਂ ਹਟਣੀ ਏ ਜਿਹੜੇ ਵੇਲੇ ਤੇਰੀ ਪੁੱਛਰੀ ਹਲਣੀ ਖਲੋ ਗਈ ਤਾਂ ਚਿਰਕੇ ਜੇ ਮੌਲੀ ਸਾਹਿਬ ਦਾ ਸਾਹ ਨਿਕਤਾ ਜੀ ਉਹ ਕੋਈ ਖੁਸ਼ਾਮਦ ਦਾ ਖਾਣਾ ਤਿਆਰ ਕਰਕੇ ਗਿਣਾਇਆ ਈ ਉਹ ਚ ਖਾਧਾ ਖਾ ਕੇ ਸਹਿ ਪਿਆ ਸੁਬਾ ਸਵੇਰੇ ਨਫਲ ਨਮਾਜ਼ ਅਦਾ ਕੀਤੀ ਉੱਥੋਂ ਚੱਲ ਰਵਾਨਾ ਹੋਇਆ ਰਾਜਾ ਦੀ ਸ਼ਹਿਰ ਉਹ ਸ਼ਹਿਰ ਚ ਆ ਪਹੁੰਚਿਆ ਲੋਕਾਂ ਪੁੱਛਣਾ ਕੀਤਾ ਬਈ ਕੌਣ ਕਿਡੂ ਆਉਂਦਾ ਵੈਂਦਾ ਪਿਆ ਉਸ ਆਖਿਆ ਬਾ ਮੇਰਾ ਕੋਈ ਘਰ ਬਾਰ ਕੋਈ ਨੀ ਮੈਂ ਮੁਸਾਫਿਰ ਹਾਂ ਤੁਸੀਂ ਮੈਨੂੰ ਕੀ ਆ ਦਿਓ ਨਾ ਮੇਰਾ ਕੋਈ ਪਿਉ ਹੈ ਨਾ ਕੋਈ ਭਰਾ ਹੈ ਦਮੀ ਦਾਮਾ ਇਤਨੇ ਤਾਈਂ ਕਿੱਥੇ ਵੜਕੀ ਖਲੋਤੀ ਆਈ ਉਹ ਆਖਣ ਲੱਗੀ ਆ ਮੇਰਾ ਪੁੱਤ ਤੂੰ ਮੇਰਾ ਪੁੱਤਰ ਬਣ ਪਓ ਮੇਰੇ ਕੋਈ ਪਿਉ ਭਰਾ ਕੋਈ ਨਹੀਂ ਨਾ ਮੇਰੀ ਔਲਾਦ ਹੈ ਚੰਗੀ ਗੱਲ ਨਹੀਂ ਤੂੰ ਮੇਰਾ ਪੁੱਤਰ ਬਣ ਪਓ ਮਿਸਰੀ ਖਾਨ ਉਸ ਮਾਈ ਨੂੰ ਕਿਹਾ ਥਾ
ਤੇਰੀ ਮਾਏ ਆਪਣੇ ਕਦੀ ਨਾ ਬਣੇ ਪਰਾਏ ਬਲਾ ਪੁੱਤਰ ਹੁੰਦੇ ਨੀ ਮਾਇਆ ਆਪਣੇ ਜਿਹੜੇ ਪੇਕੂ ਜਾਏ ਬਲਾ ਉਹ ਹੱਥੇ ਨਹੀਂ ਆਉਂਦੇ ਉਹ ਛੁੱਟੇ ਬਾਦ ਆਵਾਏ ਬਲਾ ਬਹਿਵਦ ਤੂੰ ਮੁਸੱਲੇ ਤੇ ਹਾਰੇ ਤੇਰੀ ਅੱਲਾ ਹੱਜ ਕਰੇ ਪਰ ਕਮਰ ਸਾਂ ਤਕੜੀ ਤੁਲ ਗਈ ਤਕਦੀਰ ਦੀ ਲੋਡਾ ਚਾ ਦੇਸੀਆਂ ਰਹਿਮਾਨ ਪੁੱਤਰ ਹੋਣੀ ਮਾਇਆ ਆਪਣੇ ਜਿਹੜੇ ਪੇਟੂ ਜਾਏ ਉਹ ਹੱਥ ਨਹੀਂ ਆਉਂਦੇ ਸੁੱਟੇ ਬਾਜ਼ ਹਵਾਏ ਤੂੰ ਬਹਿ ਵੰਜ ਤੂੰ ਮੁਸੱਲੇ ਤੇਰੀ ਅੱਲਾ ਹੱਜ ਕਰਾਏ ਸ੍ਰੀ ਖਾਨ ਆਖਣ ਲੱਗਾ ਮਾਈ ਪੁੱਤਰ ਉਹ ਹੋਣ ਜਿਹੜੇ ਪੇਟ ਦੇ ਜੰਮੇ ਹੋਣੇ ਪਰਾਏ ਪੁੱਤਰ ਕਦੀ ਨਹੀਂ ਬਣੇ ਤੂੰ ਹੱਜ ਜ਼ਕਾਤ ਤੇ ਅੱਲਾ ਨੂੰ ਅੱਲਾ ਕਰ ਅੱਲਾ ਨੂੰ ਯਾਦ ਕਰ ਪੁੱਤਰ ਹੁਣ ਤੂੰ ਕੀ ਕਰਨੀ ਹੈ ਮਿਸਰੀ ਖਾਨ ਉਸ ਮਾਈ ਕੋਲ ਰਾਤ ਕੀਤੀ ਆਖਣ ਲੱਗਾ ਬਾਈ ਚੰਗੀ ਗੱਲ ਨਹੀਂ ਹੈ ਰਾਤੀ ਰਾਤੀ ਠਟਕੇ ਵੇਲੇ ਉੱਠੀ ਕੇ ਲੱਗਾ ਵੰਜਾ ਤੇ ਸਵੇਰੇ ਕਰਾਈ ਮਾਈ ਹੋਰ ਰੱਫੋੜ ਨਾ ਗੱਤੇ ਸੁੱਤੀ ਮਾਈ ਨੂੰ ਸੋਕ ਕੇ ਤੂੰ ਚੱਲਦਾ ਮਿਸਰੀ ਖਾਨ ਕਿਵੇਂ ਚੱਲਦਾ ਜੀ ਸਾਹਿਬਜ਼ਾਦ ਤੇ ਕੜਾ ਕੇ ਲਿਖੇ ਨਹੀਂ ਨੌਕਰ ਨੌਕਰੀ ਪ੍ਰਬੰਧ ਕਿਵੇਂ ਦੇ ਨਹੀਂ ਛੋੜ ਕੇ ਮਿਸਰੀ ਹੋਈ ਰਮਾਨ ਬਲਾ ਪੰਜ ਕੋ ਸੈਰ ਮੋਕੁਲਾ ਸੈਰ ਆਲੂ ਜਾਨ ਬਲਾ ਫਜ਼ਰੀ ਵੇਲੇ ਉੱਠੂ ਕੇ ਉਹ ਕਾਣੇ ਲਾਈ ਦੁਕਾਨ ਉੱਤੂ ਮਿਸਰੀ ਖਾਨ ਵੀ ਮੰਨਤਾ ਇਸ ਸਲਾਮ ਜੇ ਉਠ ਕਾਣੇ ਵੇਖਿਆ ਉਹ ਦੂਜੀ ਪਿਆਸ ਤੂਫਾਨ ਬਲ ਚੁਲੀ ਔਰਤ ਸੁਕਾਣੇ ਦੀ ਸੂਰਤ ਬੇ ਹਿਸਾਬ ਬਲ ਮਾਣ ਰੱਖਦੀ ਉਹ ਹੁਸਨ ਦਾ ਉਹ ਰੱਖਦੀ ਉੱਚਾ ਦਿਮਾਗ ਜਿਉਂ ਮਿਸਰੀ ਨੂੰ ਵੇਖਿਆ ਹਰੇ ਉਹ ਡੱਟੀ ਹੋ ਬੇਤਾਬ ਬਲਾ ਕਣਿਆ ਖੈ ਮੈਂ ਉਜੜ ਗਿਆ ਮੇਰੀ ਝੁਗੜੀ ਹੋਈ ਬਰਬਾਦ ਪਰ ਅਕਬਰ ਸਾਹ ਕਿੱਸਾ ਸਾਹੇ ਮਰਦਾਂ ਦਾ ਕਹਿੰਦੀ ਜੀਤੇ ਕਹਿੰਦੀ ਹੋਸੀ ਹਾਰਨੀਆਂ ਸੁੱਤੀ ਮਾਰੂ ਛੋੜ ਕੇ ਮਿਸਰੀ ਹੋਇਆ ਰਵਾਨ ਤੇ ਪੰਜ ਕੋ ਸ਼ਹਿਰ ਮੋਕਲਾ ਸ਼ਹਿਰੇ ਆਲੂ ਜਾਨ ਫਲੀ ਵੇਲੇ ਉੱਠ ਕੇ ਕਾਣੇ ਲਾਈ ਦੁਕਾਨ ਦੇ ਉਸਨੇ ਮਿਸਰੀ ਵੇਖਿਆ ਉੱਤੋਂ ਮਿਸਰੀ ਖਾਂ ਮੈਂ ਦਿੱਤਾ ਸਲਾਮ ਜਿੱਥੇ ਕਾਣੇ ਵੇਖਿਆ ਦੂਜੀ ਵੀ ਪਿਆ ਸੀ ਤੂਫਾਨ ਚੁੰਨੀ ਵਾਲੇ ਤੁਸ ਕਾਣੇ ਦੀ ਸੂਰਤ ਬੇਸਾਬ ਮਾਣ ਰੱਖਦੀ ਉਸਨ ਦਾ ਰੱਖਦੀ ਉੱਚਾ ਦਿਮਾਗ ਜੇ ਉਸ ਮਿਸਰੀ ਨੂੰ ਵੇਖਿਆ ਡੱਟੀ ਉਹ ਬੇਤਾਬ ਕਾਣੇ ਆਖਿਆ ਮੈਂ ਉਜੜ ਗਿਆ ਮੇਰੀ ਜੁਗੜੀ ਹੋਈ ਬਰਬਾਦ ਆਲੂ ਜਾਨ ਸ਼ਹਿਰ ਜੀ ਮਿਸਰੀ ਖਾਂ ਸ਼ਹਿਰ ਨਾਲ ਪਹੁੰਚਿਆ ਬਾਜ਼ਾਰ ਜਿਸਲੇ ਗਿਆ ਤਾਂ ਪਹਿਲੇ ਪਹਿਲੇ ਇੱਕ ਦੁਕਾਨ ਪਿਆ ਕਾਣਾ ਲੈਂਦਾ ਸੀ ਉਸਨੂੰ ਪਿਆਦਾ ਅਸਲਾਮ ਅਲੈਕੁਮ ਸਾਕਾ ਵਾਲੈਕੁਮ ਸਲਾਮ ਕਾਣੇ ਜਿਸ ਉੱਥਾਂ ਵੇਖਿਆ ਨਾ ਜੀ ਮਿਸਰੀ ਖਾਨ ਦਾ ਹੀ
ਕੁਦਰਤ ਵਾਲੇ ਉਸਨੂੰ ਸੂਰਤ ਵੀ ਦਿੱਤੀ ਹੋਈ ਆਈ ਅਮਾਨ ਨੂੰ। ਕਾਣੇ ਜਿਸ ਰੁੱਤਾਂ ਵੇਖਿਆ ਨਾ ਮਿਜ਼ਰੀ ਖਾਨ ਦਈ ਤਾਂ ਦੂਜੀ ਅੱਖ ਚ ਹਨੇਰਾ ਨਜ਼ਰ ਆਇਆ। ਮਿਜ਼ਰੀ ਖਾਨ ਉਸ ਕਾਣੇ ਕੋਲ ਬਹਿ ਗਿਆ, ਸਾਰੀ ਡਿਆਰ ਉਸ ਸੌਦਾ ਵੇਚਿਆ। ਸ਼ਾਮ ਹੋਣ ਨੂੰ ਆ ਗਈ। ਕਾਣੇ ਆਖਿਆ, ਯਾਰ ਵੇਲੇ ਨਾਲ ਕੋਈ ਪ੍ਰੋਗਰਾਮ ਕਰ ਰਾਤ ਬਾਣ ਡਾਣ ਦਾ। ਮਿਸਰੀ ਖਾਨ ਆਖਿਆ, ਮੈਂ ਰਾਤ ਤਾਂ ਤੇਰੇ ਕੋਲ ਕਰਨੀ ਹੈ, ਮੈਂ ਹੋਰ ਕਿਹੜਾ ਹੀ ਨਹੀਂ ਆਵਣਾ। ਜਿਹੜੀ ਜਾਤ ਤੇ ਮੈਂ ਬਹਿ ਵਜਾਂ ਮੈਂ ਉੱਥੋਂ ਕਰਾਈ ਨਹੀਂ, ਹਾਲੇ ਅੱਜ ਰਾਤ ਮੈਂ ਤੇਰੇ ਕੋਲ ਹੀ ਕਰਨੀ ਹੈ। ਕਾਣੇ ਆਖਿਆ, ਯਾਰ ਮੈਂ ਆਪ ਪਕਾਇਨਾ ਤੇ ਆਪ ਖਾਣਾ, ਹਰ ਬਾਰ ਤਾਂ ਮੇਰੇ ਇੱਥੇ ਉਹ ਹੈ ਕੋਈ ਨਾ। ਮਿਸਰੀ ਖਾਨ ਆਖਿਆ, ਜਿਹੜੀ ਮਿਸੇ ਲੂਣੀ ਤੂੰ ਖਾਸੇ ਉਹ ਵੀ ਮੈਂ ਖਾ ਲੈ, ਸਮੇਂ ਵਜਣਾ ਹੁਣ ਕਿਰਾਈ ਨੂੰ, ਕਹਿੰਦੇ ਤੂੰ ਛੁੱਟਾ ਡੁੱਕਾ ਸੀ। ਮਿਸਰੀ ਖਾਨ ਤੁਰ ਪਿਆ ਕਾਣੇ ਦੇ ਨਾਲ, ਜਿਸਲੇ ਘਰ ਗਿਆ ਉਸ ਕਾਣੇ ਦੀ ਜਣੀ ਉਹਦੇ ਨਾਂ ਵਿੱਚ ਚੁੰਨੀ ਔਰਤ ਮਿਸਰੀ ਖਾਨ ਨੂੰ ਜੋ ਉਸ ਵੇਖਿਆ ਨਾ ਮੂੰਹ ਦੇ ਬਾਹਰ ਡੱਠੀ ਏ। ਕਾਣੇ ਆ ਕੇ ਗੱਲ ਕਰ, ਇਸੇ ਵਾਸਤੇ ਯਾਰ ਮੈਂ ਤੈਨੂੰ ਘਰ ਨਾ ਕਿਰਾਂ ਦਾ, ਮੇਰੇ ਬਾਂਹ ਤੇ ਤੂੰ ਬੈਠੋ। ਮਿਸਰੀ ਖਾਨ ਅੱਗੇ ਗੱਲ ਕਰ, ਯਾਰ ਵੇਖ ਹੁਣੇ ਠੀਕ ਥੀਂਦੀ। ਚੁੰਨੀ ਔਰਤ ਉੱਠੀ ਜੀ, ਕਿਵੇਂ ਮਿਸਰੀ ਖਾਨ ਦੀ ਖਿਦਮਤ ਕਰਦੀ ਏ। ਸਹਿਜਾ ਤੇ ਗਲਾ ਕੇਲੇ ਖੇਲਦੀ, ਨੌਕਾ ਨੌਕਰੀ ਪਰਵਾਨੀ ਕਿਵੇਂ ਦੇ ਨਹੀਂ।